मिट्टी दा पुतला मिट्टी नू रोंदा घूम गए करां दे बार नहीं तीसरे कड़े ते मथे ते ला के लाए मसर वाला पार मिट्टी दा पुतला मिट्टी नू रोंदा घूम गए उसके ਪਹੁੰਚਿਆ ਜੀ ਅਸੀਂ ਜ਼ਿਲ੍ਹਾ ਜੰਗ ਦੇ ਵਿੱਚ ਅਤੇ ਜੰਗ ਦੇ ਇੱਕ ਪਿੰਡ ਦੇ ਵਿੱਚ ਪਹੁੰਚੇ ਹਾਂ ਜੀ ਅੱਜ ਬਜ਼ੁਰਗਾਂ ਦੇ ਨਾਲ ਉੱਥੇ ਫਿਰ 47 ਨੂੰ ਲੈ ਕੇ ਉਹੀ ਪ੍ਰੋਗਰਾਮ ਅਤੇ ਉਹੀ ਗੱਲਾਂ ਲੈ ਕੇ ਇੱਕ ਵਾਰੀ ਫਿਰ ਬਾਬਿਆਂ ਦੇ ਕੋਲ ਆਏ ਹਾਂ ਤਾਂ ਕਿ ਅਸੀਂ ਉਹ ਗੱਲਾਂ ਸੁਣੀਆਂ ਕਿ ਬਜ਼ੁਰਗਾਂ ਨੇ ਉਹ 47 ਦੀ ਜਿਹੜੀ ਵੰਡ ਸੀ ਜਿਸ ਨੂੰ ਅੱਜ ਦੇ ਨਿਆਣੇ ਜਾਂ ਅੱਜ ਦੀ ਪੌਂਗ ਜਿਸ ਨੂੰ ਕਿਹਾ ਜਾਂਦਾ ਜਾਂ ਅੱਜ ਦੀ ਜਨਰੇਸ਼ਨ ਨਿਊ ਜਨਰੇਸ਼ਨ ਉਹ ਕਹਿੰਦੀ ਹੈ ਕਿ ਇਹ ਆਜ਼ਾਦੀ ਸਨ ਆਜ਼ਾਦੀ ਨੂੰ ਬਜ਼ੁਰਗ ਕਿਸ ਤਰ੍ਹਾਂ ਦੇਖਦੇ ਨੇ ਕਿੱਦਾਂ ਦੇਖਦੇ ਨੇ ਤਾਂ ਆਓ ਅੱਜ ਬਜ਼ੁਰਗਾਂ ਦੇ ਨਾਲ ਗੱਲ ਕਰਦੇ ਹਾਂ ਜੀ ਅਤੇ अपनी उम्र कि मेरी उम्र है दो घट दो घट सौ यानी कि तुसी उदो जदो उधरों आए जो कितनी उम्र सी 22 साल दी ਮਾਸ਼ਾਅੱਲਾ 22 ਸਾਲ ਦੀ ਉਮਰ ਸੀਗੀ ਤੇ ਪੂਰੇ ਜਵਾਨ ਸੀ ਚੰਗੇ ਜੀ ਝਾੜੇ ਮੰਗੇ ਸੀ ਸਭ ਮਾਸ਼ਾਅੱਲਾ ਜੀ ਤੇ ਬਜ਼ੁਰਗੋ ਤੇ ਇਹ ਜਿਸ ਪਿੰਡ ਦੇ ਵਿੱਚ ਆਪਾਂ ਬੈਠੇ ਹੋਏ ਆ ਇਸ ਪਿੰਡ ਦਾ ਨਾਮ ਕੀ ਹੈ 450 ਤਹਿਸੀਲ ਤੇ ਜ਼ਿਲ੍ਹਾ ਚਾਂਗੀ ਹੈ ਹਾਂ ਚੰਗ ਚੰਗ 450 ਹੋਰ ਕੋਈ ਇਹਦਾ ਨਾਮ ਨਹੀਂ ਹੋਰ ਕੋਈ ਨਹੀਂ ਬੁੱਚਾ ਸਮਾਂ ਦਾ ਕਰਕੇ ਕਹਿੰਦੇ ਬੁੱਚਾ ਸਮਾਂ ਦਾ ਹਾਂ ਠੀਕ ਹੋ ਗਿਆ ਤੇ ਇੱਥੇ ਬਰਾਦਰੀ ਕਿਹੜੀ ਕਿਹੜੀ ਬੈਠੀ ਹੈ ਆਪਣੀ ਬਰਾਦਰੀ ਬੈਠੀ ਹੈ ਜੱਟ ਵੀ ਬੈਠੇ ਆ ਹਾਂਜੀ ਤੇ ਰਾਣੀ ਵੀ ਬੈਠੀ ਹੈ ਹਾਂਜੀ ਰਾਣੀ ਦਾ ਦੂਸਰਾ ਜਾਟੀ ਹੈ ਬੇਸ਼ੇ ਰਾਣੀ ਦਾ ਜਾਟੀ ਹੈ ਤੇ ਤੁਹਾਡੀ ਕਿਹੜੀ ਬਰਾਦਰੀ ਆ ਸਾਡੀ ਦੂਸਰਾ ਨਿਰਾਣੀ ਰਾਣੇ ਠੀਕ ਹੋ ਗਿਆ ਤੇ ਬਜ਼ੁਰਗੋ ਜਦੋਂ ਉਧਰੋਂ ਆਏ ਜੀ ਤੇ ਉਧਰ ਆਪਣਾ ਪਹਿਲੇ ਪਿੰਡ ਕਿਹੜਾ ਸੀ ਪਿਛਲਾ ਸਾਡਾ ਬੁੱਢੀ ਪਿੰਡ ਬੁੱਢੀ ਪਿੰਡ ਤੇ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਹਿਸ਼ਿਆਰਪੁਰ ਹਾਂਜੀ ਤੇ ਤਹਿਸੀਲ ਦਸੂਆ ਤਹਿਸੀਲ ਦਸੂਆ ਹਾਂ ਜ਼ਿਲ੍ਹਾ ਹਿਸ਼ਿਆਰਪੁਰ ਤੇ ਤਹਿਸੀਲ ਦੁਰਾ ਤੇ ਦਸੂਆ ਬਜ਼ੁਰਗ
ਨੰਗਲ ਹਾਂਜੀ ਮਸੀਚੀ ਹਾਂਜੀ ਅਰਸੀ ਪਿੰਡ ਹਾਂਜੀ ਤੇ ਰਾਜਪੁਰ ਹਾਂਜੀ ਇਹ ਲਾਗੇ ਨਵਾਂ ਪਿੰਡ ਹਾਂਜੀ ਇਹਨਾਂ ਦਾ ਸੀ ਨੰਬਰਦਾਰ ਦਾ ਕੀ ਨਾਮ ਸੀ ਤੇ ਬਜ਼ੁਰਗ ਜਿਹੜਾ ਉੱਧਰ ਤੁਸੀਂ 22 ਸਾਲ ਦੀ ਉਮਰ ਗੁਜ਼ਾਰ ਕੇ ਆਏ ਜਿੱਥੇ ਕਹਿੰਦੇ ਨਾ ਕਿ ਬੰਦਾ ਆਪਣਾ ਜੰਮਿਆ ਪਲਿਆ ਹੋਵੇ ਜਵਾਨੀ ਉੱਥੇ ਆਈ ਹੋਵੇ ਤੇ ਉਹ ਛੱਡਣਾ ਕਿਸਾ ਲੱਗਾ ਬਹੁਤ ਬਹੁਤ ਮੁਸ਼ਕਲ ਲੱਗਾ ਉਹ ਛੱਡਣਾ ਪੈਂਦਾ ਬਹੁਤ ਮੁਸ਼ਕਲ ਲੱਗਾ ਜਿਹੜੇ ਅਸੀਂ ਗੱਡੇ ਜੋੜ ਕੇ ਤੁਰ ਰਹੇ ਹਾਂ ਨਾ ਤੇ ਢਾਹ ਮਾਰ ਮਾਰ ਕੇ ਰੋਏ ਤੇ ਦੇਖੀ ਅਸੀਂ ਆਪਣੇ ਆਪਣੇ ਪਿੰਡ ਦੇ ਆਪਣੇ ਮਕਾਨ ਦੇਖੇ ਅਸੀਂ ਸਭ ਕੁਛ ਹਾਂਜੀ ਜਮਾਂ ਗਾਈਆਂ ਜਿਹੜੀਆਂ ਸਾਡੀਆਂ ਸੀ ਅਸੀਂ ਇੱਥੇ ਸਿੱਖਾਂ ਨੂੰ ਫੜਾ ਦਿੱਤੀਆਂ ਹਾਂਜੀ ਅਤੇ ਬਸ ਇਹ ਵੇਲਾ ਤੁਹਾਡਾ ਸਾਨੂੰ ਖੈਰੀ ਲੈ ਜੀ ਹਾਂਜੀ ਰਾਹ ਦੇ ਵਿੱਚ ਫਿਰ ਜਿਹੜੇ ਸੀ ਦਸਵੇਂ ਅਸੀਂ ਸਾਡਾ ਕੈਂਪ ਲੱਗਾ ਹਾਂਜੀ ਉਸ ਵੇਲੇ ਕੈਂਪ ਲੱਗਾ ਤਾਂ ਸੀਗਾ ਉਹ ਬਾਦਸ਼ਾਹ ਪੈ ਗਈਆਂ ਸੀਗੀਆਂ ਹਾਂਜੀ ਬਾਦਸ਼ਾਹ ਪੈ ਗਈਆਂ ਸੀ ਤਾਂ ਖੇਸਾਂ 'ਚ ਤੰਬੂ ਬਣਾ ਕੇ ਅਸੀਂ ਉਹ ਲੁਕੇ ਸੀਗੇ ਸਹੀ ਅਤੇ ਟਿੱਟੀ ਪਿਸ਼ਾਬ ਵੀ ਕਰਨਾ ਟਵਾ ਕੱਢ ਟਿੱਟੀ ਪਿਸ਼ਾਬ ਕਰਨਾ ਉਹ ਜੇਲੇ ਬਾਦਸ਼ਾਹ ਪਈਆਂ ਉਹ ਜੀ ਸਜਾਨ ਉਭਰੀ ਉਹ ਕਹਿੰਦਾ ਮੈਂ ਮੋਹਰੀ ਹੁੰਦਾ ਤਾਂ ਦੂਸਰਾ ਚਲੋ ਮੈਂ ਤੋੜ ਦਾ ਕਾਫਲਾ ਮਰਕੇ ਸੀ ਆਪੇ ਕਾਫਲਾ ਤੋੜ ਲਿਆ ਆਪੇ ਤਾਂ ਕੋਈ ਫੌਜ ਨਹੀਂ ਸੀ ਜਦੋਂ ਇੱਕ ਤੇ ਜਦੋਂ ਨਾ ਉੱਥੇ ਕਹਿੰਦੇ ਵੀ ਉਧਰੋਂ ਅਜਾੜੇ ਪਏ ਆ ਤੇ ਤੁਹਾਨੂੰ ਪਤਾ ਕਿੱਦਾਂ ਲੱਗਾ ਸੀਗਾ ਕਿ ਜੀ ਅਸੀਂ ਹੁਣ ਚਲੇ ਜਾਣਾ ਕਿਸੇ ਨੇ ਕੋਈ ਆਣ ਕੇ ਤੁਹਾਨੂੰ ਆਪੇ ਉੱਠੇ ਸੀ ਜਾਂ ਫਿਰ ਫੌਜ ਨੇ ਟਾਇਆ ਜਾਂ ਫਿਰ ਸਿੱਖਾਂ ਨੇ ਤੁਹਾਡੇ ਤੇ ਹਮਲਾ ਕਰਕੇ ਉਲਟੇ ਜੱਸੇ ਪਏ ਸੀ ਸਿੱਖ ਸੀ ਜਾਂ ਮਾਰਦੇ ਬਾਦੇ ਸੀ ਡਰਦੇ ਪਏ ਸੀ ਤਾਂ ਨਾਲੇ ਮੁਸਲਮਾਨ ਇਕੱਠੇ ਹੋ ਗਏ ਸਹੀ ਆ ਤੇ ਨਾਲ ਦੇ ਪਿੰਡਾਂ ਦੇ ਵਿੱਚ ਵੀ ਮੁਸਲਮਾਨ ਸੀਗੇ ਜ਼ਿਆਦਾ ਜਾਂ ਸਿੱਖ ਹੀ ਸੀ ਬਹੁਤੇ ਰਲੀਆਂ ਰਲੀਆਂ ਸੀ ਅੱਛਾ ਰਲੀਆਂ ਹੀ ਸੀ ਰਲੀਆਂ ਸੀ ਹਾਂਜੀ ਕੋਈ ਵੀ ਨਹੀਂ ਸੀ ਮੁਸਲਮਾਨਾਂ ਦਾ ਅਲੱਗ ਪਿੰਡ ਹਾਂਜੀ ਸਾਰੇ ਰਾਜੇ ਵੱਸਦੇ ਸੀਗੇ ਝਾਵਾਂ ਸੀਗੀਆਂ ਹਾਂਜੀ ਜਾਜਾ ਸੀਗਾ ਇੱਧਰ ਕਈ ਨਾਂ ਚਲੋ ਨਾਮ ਨਹੀਂ ਯਾਦ ਤਾਂ ਕੋਈ ਨਹੀਂ ਅਤੇ ਬਜ਼ੁਰਗੋ ਜਿਹੜਾ ਤੁਸੀਂ ਉੱਥੇ ਪਿੰਡ ਦੇ ਵਿੱਚ ਰਹਿੰਦੇ ਸੀਗੇ ਬੁੱਢੀ ਪਿੰਡ ਦੇ ਵਿੱਚ ਉੱਥੇ ਤੁਹਾਡੇ ਜਿਹੜੇ ਕੋਈ ਸੱਜਣ ਮਿੱਤਰ 22 ਸਾਲ ਦੇ ਤੁਸੀਂ ਇੱਕ ਜਵਾਨੀ ਉੱਥੇ ਰਹੇ ਜਵਾਨੀ ਤੱਕ ਦੇ ਅਸੇ ਤੱਕ ਤੁਸੀਂ ਉੱਥੇ ਗੁਜ਼ਾਰੀ ਆ ਤੁਹਾਡੇ ਕੋਈ ਯਾਰ ਬੇਲੀ ਸੱਜਣ ਵੀ ਹੋਣਗੇ ਜਿਹਨਾਂ ਨਾਲ ਤੁਸੀਂ ਬਚਪਨ 'ਚ ਖੇਡਿਆ ਪੜ੍ਹਿਆ ਉਹਨਾਂ ਦੇ ਕੋਈ ਨਾਮ ਯਾਦ ਹੈ ਨਾ ਹੀ ਆ ਜਾਏਗਾ ਉਹ ਤੁਸੀਂ ਨਾਮ ਦੱਸਣ ਸਾਡੇ ਪਿੰਡ ਦੇ ਵਿੱਚ ਮੇਰਾ ਦੋਸਤ ਸੀਗਾ ਸੁਮਿੱਤਰ ਹਾਂਜੀ ਅਤੇ ਸੁਮਿੱਤਰ ਸਿੰਘ ਸੁਮਿੱਤਰ ਸਿੰਘ ਹਾਂਜੀ ਉਹਦੇ ਭਰਾ ਦਾ ਨਾਮ ਸੀ ਪ੍ਰੀਤੂ ਅਤੇ ਇਹ ਮੇਰੇ ਸਾਡੇ ਨਖੀਏ ਜਿਹੋ ਲਿਖਦੇ ਸੀਗੇ ਅਤੇ ਸਾਧੂ ਅਤੇ ਕਰਦਾਰਾ ਹਾਂਜੀ ਅਤੇ ਸਰਦਾਰਾ ਇਹ ਸਾਡੇ ਬਹੁਤ ਮੁਹੱਬਤੀ ਸੀਗੇ ਹਾਂਜੀ ਅਤੇ ਸਾਡਾ ਬਚਪਚਾ ਸਾਡੇ ਦੇ ਨਾ ਪਹਿਰਾ ਵੀ ਉਹੀ ਰੱਖਦੇ ਸੀਗੇ ਅਸੀਂ ਆਪਣੀ ਜਿਹੜੀ ਦੌਲਤ ਨਾ ਕਰਦੀ ਮੇਰੇ ਵਾਲਦ ਨੇ ਜਾਂ ਢੇਰੀ ਹੋਣੇ ਲੱਗੇ ਕਰਦੀ ਵੀ ਸਾਡੇ ਮੇਰੇ ਅਸੀਂ ਸੱਤ ਭਰਾ ਆ ਅਤੇ ਮੇਰੇ ਸੱਤਾਂ ਪੁੱਤਾਂ ਦਾ ਬਾਲ ਵਗਿਆ ਨਾ ਹੋਵੇ ਹਾਂਜੀ ਆ ਦੌਲਤ ਚੱਕ ਲਓ ਉਹ ਦੌਲਤ ਨਾਲ ਚੱਕੇ ਕਹਿੰਦਾ ਚਾਚਾ ਮੈਂ ਨਹੀਂ ਚੱਕਣੀ ਮੈਂ ਤੁਹਾਡਾ ਅੱਗੇ ਪਹਿਰਾ ਰੱਖਾਂਗਾ ਉਹ ਕਹਿੰਦਾ ਪੁੱਤ ਲੋਕਾਂ ਨੇ ਵੀ ਸਾਡੇ ਕੋਲ ਖੋਹ ਖਰੀ ਕੇ ਲੈ ਜਿਹੜੀ ਸਾਡੇ ਬੇਲੀ ਲੈ ਜਾਣਗੇ ਕਿਹੜੀ ਗੱਲ ਹਾਂਜੀ ਉਹ ਫਿਰ ਤਾਂ ਨਹੀਂ ਚੱਕੇ ਲੈ ਗਿਆ ਅਤੇ ਬਜ਼ੁਰਗ ਉੱਥੇ ਤੁਸੀਂ ਕਿਸੇ ਸਕੂਲ 'ਚ ਜਾਂ ਮਦਰਸੇ 'ਚ ਪੜ੍ਹਦੇ ਹੋਣੇ ਮਦਰਸਾ ਹੈਗਾ ਸੀ ਜਾਂ ਸਕੂਲ ਹੀ ਸੀ ਪਿੰਡ ਦੇ ਵਿੱਚ ਸਕੂਲ ਸੀਗਾ ਸਕੂਲ ਸੀਗਾ ਅਤੇ ਉੱਥੇ ਸਕੂਲੇ ਪੜ੍ਹਦੇ ਕੋਈ ਉਸਤਾਦ ਦਾ ਨਾਮ ਚੇਤੇ ਜਿਹੜੇ ਤੁਹਾਨੂੰ ਪੜ੍ਹਾਉਂਦੇ ਹੁੰਦੇ ਸੀ ਉਸ ਟਾਈਮ ਉਹ ਮੁਸਲਮਾਨ ਸੀਗੇ ਹਾਂਜੀ ਦੌਲਤ ਅਲੀ ਹਾਂਜੀ
ਉਹ ਮਸੀਤੀ ਦਾ ਸੀ ਹੱਟਾ ਉਹ ਤੇ ਸਹੀ ਆ ਤੇ ਉੱਥੇ ਆਪਣੀ ਮਸਜਿਦ ਵੀ ਆ ਗਈ ਸੀ ਪਿੰਡ ਵਿੱਚ ਮਸਜਿਦ ਪਿੰਡ ਦੇ ਵਿੱਚ ਸੀ ਸਾਡੀ ਆਪਣੀ ਪੜਾਈ ਸੀ ਸਹੀ ਹੋ ਗਿਆ ਤੇ ਮੈਨੂੰ ਪਤਾ ਲੱਗਾ ਕਿ ਤੁਸੀਂ ਉਧਰ 22 ਸਾਲ ਦੀ ਉਮਰ ਦੇ ਵਿੱਚ ਤੁਸੀਂ ਭਰਮੀ ਜਵਾਨੀ ਦੇ ਵਿੱਚ ਖੇਡਦੇ ਹੁੰਦੇ ਸੀ ਕੁਸ਼ਤੀ ਕਰਦੇ ਹੁੰਦੇ ਸੀ ਜੀ ਆ ਤੇ ਕੁਸ਼ਤੀ ਦਾ ਕੋਈ ਵਾਕਿਆ ਸੁਣਾਉਂਦੇ ਹੋ ਦੱਸਦੇ ਹੋ ਕੁਸ਼ਤੀ ਦਾ ਕੁਸ਼ਤੀ ਦਾ ਜੋ ਸਾ ਮੇਰਾ ਜਿਹੜਾ ਵੱਡਾ ਭਰਾ ਆ ਨਾ ਹਾਂਜੀ ਉਹ ਘੁਲਦਾ ਸੀਗਾ ਹਾਂਜੀ ਅਸੀਂ ਉਹਦੀ ਮਾਸ਼ ਮੋਸ਼ ਕਰਦੇ ਹੁੰਦੇ ਸੀ ਹਾਂਜੀ ਉਹ ਲਾਗੇ ਸੀ ਵੱਡੇ ਭਾਈ ਆ ਗਏ ਮਰ ਗਏ ਅੱਛਾ ਤੇ ਕੋਈ ਹੋਰ ਛੋਟਾ ਭਾਈ ਤੁਹਾਡੇ ਛੋਟਾ ਭਾਈ ਦੂਸਰਾ ਉੱਥੇ ਸ਼ਹਿਰ ਆ ਅੱਛਾ ਸ਼ਹਿਰ ਆ ਸਹੀ ਬਤੋ ਮੈਂ ਦੋ ਰਹਿ ਗਏ ਅੱਜ ਅਸੀਂ ਪੰਜ ਭਰਾ ਜਿਹੜਾ ਤੁਹਾਨੂੰ ਵੀ ਤੇਰਾ ਤੁਹਾਨੂੰ ਵੀ ਲੰਬੀ ਉਮਰ ਦਾ ਤੇ ਉਹ ਸੀਗਾ ਹਾਜੀ ਮੋਹੇ ਦਾ ਵੱਡਾ ਪਹਿਲਵਾਨ ਹਾਂਜੀ ਉਹਦੇ ਨਾਲ ਇੱਕ ਸੀਗਾ ਸਿੱਖਾਂ ਦਾ ਮੁੰਡਾ ਜੋ ਸੀਗਾ ਚਲੋ ਕੋਈ ਨੀ ਅੱਛਾ ਉਹ ਮੇਰਾ ਭਰਾ ਕਹਿਣ ਲੱਗਾ ਵੀ ਮੈਂ ਹਾਜੀ ਦੇ ਨਾਲ ਤੁਰਿਆ ਜਾਂਦਾ ਨਾ ਖੱਬੇ ਪਾਸੇ ਮੈਂ ਇਹਦੇ ਨਾਲ ਘੁਲਣਾ ਤੇ ਸਾਡੇ ਪਿੰਡ ਵਿੱਚ ਬਾਹਮਣ ਸੀਗੇ ਹਿੰਦੂ ਬਾਹਮਣ ਉਹ ਘੁਲਦਾ ਹੁੰਦਾ ਸੀ ਉਹਨੇ ਸਿਖਾਇਆ ਸੀ ਉਹਨੂੰ ਉਹ ਕਹਿੰਦਾ ਪੁੱਤ ਤੂੰ ਦੂਸਰਾ ਅਨਾਮੀ ਕਨਾਮੀ ਦਾ ਘੋਲ ਮੰਗ ਲਿਆ ਤਾਂ ਬਹੁਤ ਵੱਡੀ ਗੱਲ ਕੀਤੀ ਆ ਉਹ ਕਹਿੰਦਾ ਤਾਇਆ ਟੱਠਾ ਤੇ ਚੰਗੇ ਗਬਰਾਜੇ ਤੋਂ ਟੱਠਾ ਤੇ ਤਾਇਆ ਤਾਂ ਚੰਗੇ ਅਨਾਮੀ ਕਨਾਮੀ ਇਨਾਮੀ ਕਨਾਮੀ ਟਾਇਆ ਯਾਨੀ ਕਿ ਨਾਮ ਗਾਇਆ ਨਾਮ ਵਾਲੇ ਬੰਦੇ ਨੂੰ ਉਠਾਇਆ ਕਿ ਜਿਹਦਾ ਇਲਾਕੇ ਚ ਨਾਮ ਚੱਲ ਰਿਹਾ ਸੀ ਤੇ ਤੁਸੀਂ ਵੀ ਕੁਸ਼ਤੀ ਕੀਤੀ ਹੈ ਕਿ ਅਸੀਂ ਪਿੰਡ ਦੇ ਵਿੱਚ ਹੀ ਹੈ ਮੇਰੇ ਦੋਸਤਾਂ ਨਾਲ ਕੁਸ਼ਤੀ ਕਾਸ਼ੀ ਕਰਦੇ ਰਹੇ ਪਿੰਡ ਦੇ ਵਿੱਚ ਕਰਦੇ ਰਹੇ ਨਾ ਪਿੰਡ ਵਿੱਚ ਕਰਦੇ ਰਹੇ ਸਹੀ ਆ ਕਬੱਡੀ ਖੇਡ ਜਿਹੜਾ ਹਾਂਜੀ ਤੇ ਉਹ ਬਾਹਮਣ ਕਹਿੰਦਾ ਬਈ ਇਹ ਖੱਬੇ ਪਾਸੇ ਆ ਰਿਹਾ ਬਈ ਕੱਪੜੇ ਨਾ ਪਾਵੀ ਤਾਂ ਸਾਡੇ ਆਉਂਦਾ ਜੀ ਸਾਡੇ ਜਵਾਨ ਦਾ ਖੇਡ ਹਾਂ ਉਹ ਕੱਪੜੇ ਉਹਦੇ ਲੱਗ ਜਾਵੇ ਇਹ ਵੀ ਇਹਨੇ ਕਹਿ ਕੇ ਚੜਾਈ ਚੱਕਿਆ ਚੱਕੇ ਨਾ ਉਹ 'ਚ ਜੋਸ਼ ਬਹੁਤ ਸੀਗਾ ਕਿਉਂ ਮੱਝਾਂ ਜੁੰਮੀਆਂ ਆਇਆ ਸੀਗੀਆਂ ਬੜਾ ਹੱਟਾ ਕੱਟਾ ਸੀਗਾ ਉਹਨੂੰ ਦਾਰੂ ਕੋਈ ਨਹੀਂ ਸਕਦਾ ਤਾਗ ਦੇ ਦਾਰੀ ਨੂੰ ਚੱਕ ਕੇ ਚੱਡਿਆ ਹਜੇ ਹੱਥ ਪਾ ਕੇ ਸਿਰ ਭਾਨੇ ਮਾਰੇ ਤਾਂ ਉਹਨੇ ਦੂਸਰਾ ਕਹੇ ਮੈਂ ਨਹੀਂ ਟੱਟਾ ਫੇਰ ਛੱਡ ਦਿੱਤਾ ਫੇਰ ਉੱਠਿਆ ਫੇਰ ਚੱਕ ਕੇ ਮਾਰਿਆ ਤੀਸਰੀ ਦਫ਼ਾ ਫਿਰ ਟੱਟ ਕੇ ਛਾਤੀ ਦੇ ਬਹਿ ਉਹਦਾ ਮੂੰਹ ਚੁੰਮਿਆ ਉਹਨਾਂ ਦੇ ਪਿੰਡ ਦੇ ਜਿਹੜੇ ਕਿ ਨਹੀਂ ਡਾਂਗਾ ਦਾ ਸੋਝਲਾ ਹੋਇਆ ਮੁਸਲਮਾਨ ਨੇ ਸਾਡੇ ਮੁਸਲਮਾਨ ਨੇ ਹਿੰਦੂ ਨੂੰ ਚੱਕ ਕੇ ਮਾਰਨਾ ਮੂੰਹ ਨਾਲ ਕਿਉਂ ਚੁੰਮਿਆ ਅੱਛਾ ਇਹ ਸਾਡੇ ਪਿੰਡ ਦੇ ਸਿੱਖਾਂ ਨੇ ਵੀ ਡਾਂਗਾ ਚੱਕ ਲਈਆਂ ਵੀ ਆਓ ਬਾਈ ਅਸੀਂ ਪਿੰਡ ਦੀਆਂ ਹੈਰਾ ਮੰਗਦੀਆਂ ਨੇ ਤੁਸੀਂ ਦੂਸਰਾ ਸਾਡੇ ਪਿੰਡ ਨੂੰ ਮਰਕਤੇ ਅਸੀਂ ਵੀ ਆਉਂਦੇ ਸੀ ਉਹ ਵੀ ਆਉਂਦੇ ਸੀ ਉਹਨਾਂ ਨੇ ਵੀ ਆ ਕੇ ਅਫਸੋਸ ਕਰਨਾ ਅਸੀਂ ਵੀ ਜਾ ਕੇ ਅਫਸੋਸ ਕਰਨਾ ਤਾਂ ਜਿਸ ਵੇਲੇ ਉਹ ਲੈ ਕੇ ਸੀੜੀ ਸਾੜਦੇ ਸੀ ਨਾ ਉਹਨਾਂ ਦੇ ਨਾਲ ਅਸੀਂ ਕਦੇ ਨਹੀਂ ਗਏ ਕਿਉਂ ਵੀ ਉਹ ਸਾੜਦੇ ਆ ਅਸੀਂ ਉਹਨਾਂ ਨੂੰ ਮਨਾ ਕਰਦੇ ਸੀ ਵੀ ਦਫ਼ਨ ਕਰੋ ਸਾੜੋ ਨਾ ਉਹ ਕਹਿੰਦੇ ਸਾਨੂੰ ਸਾਡੇ ਗੁਰੂ ਨਾਨਕ ਨੇ ਆਪਣੇ ਮਜ਼ਹਬ ਦੇ ਵਿੱਚ ਜਿੱਦਾਂ ਅੱਜ ਕਰਦੇ ਆ ਦੂਸਰਾ ਵੀ ਅਸੀਂ ਤਾਂ ਆਪਣੇ ਦੇ ਦੋਸਤਾਂ ਦਾ ਗੁਰੂ ਕਹਿੰਦਾ ਸੀ ਉਦਾਂ ਕਰਨੀ ਉਦਾਂ ਕਰਨੀ ਉਹ ਵੀ ਜਾ ਕੇ ਮੈਂ ਜਾ ਕੇ ਲੱਕੜਾਂ ਚਿਣੀਆਂ ਹੋਈਆਂ ਅਸੀਂ ਬੱਕਰੀਆਂ ਚਾਰਦੇ ਨੇ ਦੇਖਣਾ ਵੀ ਕੀ ਕਿੱਦਾਂ ਲੱਗੂ ਜਾ ਕਿੱਦਾਂ ਨਹੀਂ ਉਹਨੇ ਲੱਕੜੀਆਂ ਚਿਣ ਚੁਣ ਕੇ ਚਿਣ ਗਿਰ ਕੇ ਅੱਛੇ ਤੇ ਲੈ ਲੈਣੀਆਂ ਉੱਤੇ ਫਿਰ ਮੰਜੀ ਰੱਖ ਲੈ ਕੇ ਮਿੱਟੀਆਂ ਤੇਲ ਛੱਡ ਕੇ ਉਹਨਾਂ ਨੂੰ ਅੱਗ ਲਾ ਦੇਣੀ ਅੱਗ ਲਾ ਦੇਣੀ ਤਾਂ ਭੜਾਬਾ ਉੱਭਰ ਜਾਂਦਾ ਤੇ ਜਿਹੜੇ ਉਹ ਗਏ ਹੋਣੇ ਨੇ ਬੰਦੇ ਹੋਣੇ ਸਾਰੇ ਨੇ ਹਟਿਆ ਹੋਣਾ ਦੱਬਦਾ ਉਹਨਾਂ ਦਾ ਇੱਕ ਗੁਰ ਭਾਈ ਹੁੰਦਾ ਸੀ ਜਿੱਦਾਂ ਸਾਡੇ ਮੌਲਵੀ ਉਹਨਾਂ ਨੇ ਇੱਕ ਮੌਲਵੀ ਰੱਖਿਆ ਆਇਆ ਸੀ ਤੇ ਉਹਨੇ ਫਿਰ ਖੜੇ ਲੈਣਾ ਖੜੇ ਲੈਣ ਜੇ ਸਾਰੀ ਲਾਜ ਸਾੜੀ ਜਾਵੇ ਤਾਂ ਜਦ ਸਿਰ ਵਾ ਨਾ ਤੇ ਸੋਚ ਕੇ ਇੱਦਾਂ ਹੋ ਜਾਣਾ ਭੁੱਲ ਕੇ ਮੁਰਦੇ ਦਾ ਹੈ ਮੁਰਦੇ ਦਾ ਇੱਦਾਂ ਹੋ ਜਾਣਾ ਮੁਰਦੇ ਦਾ ਉਹਦਾ ਸਿਰ ਮੁਰਦੇ ਦਾ ਸਾਰੀ ਲਾਜ ਸਾੜ ਜਾਣੀ
ਜਿਹੜਾ ਸ਼ੇਰਵਾਨਾ ਇਹ ਛੱਡਣਾ ਨਹੀਂ, ਉਹ ਸੋਚਦਾ ਹੀ ਜਾਣਾ ਪਿਆ। ਹਾਂਜੀ ਉਹ ਇਹਨੇ ਫੋੜਾ ਰੱਖਿਆ ਆਉਂਦਾ ਉਹਨੇ ਮਾਰਨਾ ਸਿਰ ਦੇ ਵਿੱਚ। ਹਾਂਜੀ ਉਹ ਪਟਾਕਾ ਆਈ ਜਾ ਵਜਣਾ ਜੇ ਬੰਬ ਚੱਲਦਾ। ਹਾਂਜੀ ਫਿਰ ਉਹਨੇ ਵੀ ਸਾੜਨਾ ਸਿਰ ਨੂੰ ਵੀ, ਸਾਹ ਛੁੱਟ ਗਏ ਸਵਾਹ ਗੱਠੀ ਕਰਕੇ ਆ ਜਾਣਾ। ਹਮਲੇ ਹੁੰਦੇ ਰਹੇ ਆ ਰਾਹ ਦੇ ਵਿੱਚ, ਦੂਸਰਾ ਜਿਹੜੇ ਸਾਡੇ ਉਹ ਜਿਹੜੇ ਉੱਥੇ ਆਏ ਤਾਂ ਉੱਥੇ ਜਿਹੜੇ ਛੋਟੇ ਛੋਟੇ ਕਰਦਾਨੇ ਸੀਗੇ ਪਹਿਰੇਦਾਰ ਨਾਲ ਆਏ ਮਿਲਟਰੀ ਉਹਨਾਂ ਦੇ ਸੀਗੇ, ਨਾ ਮੁਸਲਮਾਨ ਸੀ ਨਾ ਮੁਸਲਮਾਨ, ਉਹ ਸੀ ਸਾਡੇ ਪਹਿਰੇ ਦੇ। ਉਹਨਾਂ ਨੇ ਸਿੱਖਾਂ ਨੇ ਕਿਹਾ ਵੀ ਸਾਨੂੰ ਕਾਫਲਾ ਲੁੱਟ ਲੈਣ ਦਿਓ, ਉਹਨੇ ਕਿਹਾ ਵੀ ਲੁੱਟ ਲਿਆਓ ਮਾਰਿਓ ਨਾ ਅਨਿਕਾ ਚੰਦਾ। ਅੱਛਾ ਉਹ ਲੁੱਟ ਲੈਣ ਸ਼ੁਰੂ ਹੋ ਗਿਆ। ਮੇਰੇ ਤੀਸਰੇ ਕੱਡੇ 'ਤੇ ਇੱਕ ਮੁਸਲਮਾਨ ਦੀ ਨਵੀਂ ਸ਼ਾਦੀ ਹੋਈ ਸੀ, ਬਹੁਤ ਖੂਬਸੂਰਤ ਸੀਗੀ, ਉਹ ਸਿੱਖ ਨੂੰ ਪਿਆਰੀ ਜਿਹੀ ਲੱਗੀ ਨਾ, ਉਹਨੇ ਬਹੁਤ ਫੜ ਕੇ ਧੂ ਧੂ ਗਿਆ। ਉਹ ਜੇ ਧੂ ਲੱਗਿਆ ਤਾਂ ਉਹਨੇ ਉਹਦੀ ਬਾਂਹ ਦਿੱਤੇ ਨਾ ਚੱਕ ਮਾਰਿਆ, ਗੰਦੀ ਵੱਢ ਦਿੱਤੀ। ਹਾਂ ਗੰਦੀ ਵੱਢਤੀ, ਉਹ ਬਾਂਹ ਛੁਡਾਉਂਦਾ ਆ ਉਹ ਛੱਡਦੀ ਨਹੀਂ। ਉਹਨੇ ਕਿਹਾ ਜੇ ਮੈਂ ਚੱਕ ਛੱਡ ਦਿੱਤਾ ਇਹਨੇ ਮਿਲਦਾ ਮਿਲਦਾ ਜਾਣਾ। ਉਹਨੇ ਹਾਰ ਕਿਹੜਾ ਜਿਹੜਾ ਉਹਨੇ ਉਹਦੀ ਬਾਂਹ ਨਾ ਨਾ ਛੱਡੀ ਤਾਂ ਉਹਨੇ ਤਲਵਾਰ ਫੜੀ ਦੋਹਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਉੱਤੇ ਮਿੱਟੀ ਤੇਲ ਲੱਗਾ ਛਡਵਾਉਣ, ਮੈਂ ਕਿਹਾ ਕੀ ਗੱਲ ਲੱਗਾ ਸਾੜ ਦਈਏ, ਮੈਂ ਕਿਹਾ ਬੋ ਆਏਗੀ ਸਾਰੇ ਨਾ ਕਰੀਏ ਇਹਦਾ ਕੰਮ ਕਰੀ, ਲਾਸ਼ਾਂ ਜਿਹੜੀਆਂ ਬੇਬਹਾ ਪਈਆਂ ਤੇ ਨੰਗਨ ਰਾਹ ਕੋਈ ਨਾ। ਉਹਨੇ ਮਲੱਟੇ ਜਿਹੜੇ ਸੀ ਨਾ ਉਹਨਾਂ ਨੇ ਕਿਹਾ ਓਏ, ਮਲੱਟੇ ਨੇ ਕਿਹਾ ਵੀ ਤੁਹਾਨੂੰ ਕਿਹਾ ਸੀ ਮਾਰਿਓ ਨਾ ਤੁਸੀਂ ਮਾਰਨ ਲੱਗ ਪਏ ਹੋ। ਤੇ ਉਹਦੇ ਮਲੱਟੇ ਆ ਕੰਨ ਦੇ ਕੋਲ ਦੀ ਇੱਕ ਗੋਲੀ ਗਈ, ਪਰ ਜੇ ਐਂ ਜਿਹਾ ਸਿਰ ਹੋਇਆ ਤਾਂ ਉਹਨੇ ਕਿਹਾ ਮੈਂ ਤਾਂ ਮਰ ਗਿਆ ਸੀ। ਉਹਨੇ ਕਿਹਾ ਸਿੱਖੋ ਦੌੜ ਜਾਓ ਸਿੱਖ ਉਹ ਨਾ ਹਟਣ। ਫਿਰ ਉਹਨਾਂ ਨੇ ਦੇਖ ਸਿੱਖ ਮੁੱਦੇ ਬੜੇ ਕੀਤੇ ਉੱਥੇ, ਸਿੱਖ ਵਿੱਚ ਕੁਝ ਦੌੜ ਗਿਆ ਮਰ ਗਿਆ ਉੱਥੇ ਬੇਬਹਾ। ਫਿਰ ਰਾਹ ਦੇ ਵਿੱਚ ਸਾਡੇ ਕੋਈ ਨਹੀਂ ਦੂਸਰਾ ਹਮਲਾ ਹੋਇਆ। ਸਹੀ ਹੈ ਹਾਂਜੀ। ਫਿਰ ਜਿਹੜੇ ਜੋ ਤੁਰ ਪਏ ਤਾਂ ਉਹ ਜਲੰਧਰ ਸੁਣਿਆ ਹੋਊਗਾ, ਜਲੰਧਰ ਸੁਣਿਆ। ਹਾਂ ਜਲੰਧਰ ਦੇ ਕੋਲ ਅਸੀਂ ਵੀ ਆਪਣੇ ਸ਼ਾਹਦੌੜਾ ਦੀ ਸੜਕ ਨੂੰ ਆਉਣਾ ਸੀ ਨਾ। ਹਾਂਜੀ ਤੋ ਲੋਕ ਕਹਿੰਦੇ ਆ ਵੀ ਜਲੰਧਰ ਦੇ ਵਿੱਚ ਉਹਨਾਂ ਨੇ ਇੱਕ ਹੌਦ ਖੱਟਿਆ ਆ ਵੱਢ ਵੱਢ ਕੇ ਮੁਸਲਮਾਨਾਂ ਨੇ ਬੇਸਿੱਟੀ ਕਰ ਦਿੱਤਾ। ਹਾਂਜੀ ਅਤੇ ਇਸ ਰਸਤੇ ਦਾ ਚਲੋ ਇਹੋ ਅਸੀਂ ਹੋਰ ਰਸਤੇ ਚੱਲ ਚੱਲਦੇ ਹਾਂ। ਸਹੀ ਆ ਉਹ ਉੱਥੋਂ ਫਿਰ ਰਸਤਾ ਅਸੀਂ ਹੋਰ ਪਾ ਰਿਹਾ। ਹਾਂਜੀ ਅਤੇ ਉਸ ਵੀ ਰਸਤੇ ਪੈ ਗਿਆ ਤਾਂ ਜਿਹੜੇ ਅਸੀਂ ਅੰਮ੍ਰਿਤਸਰ ਆਏ ਨਾ, ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਆਏ ਤਾਂ ਉੱਥੇ ਦੂਸਰਾ ਜੋ ਸਿੱਖ ਵਾ ਉਹ ਸਭ ਇਕੱਠਾ ਹੋਇਆ। ਇਹ ਆ ਸਾਡਾ ਗੁਰਦੁਆਰਾ ਆ, ਅਸੀਂ ਤਰਨ ਤਾਰਨ ਦਾ ਗੁਰਦੁਆਰਾ ਸੀਗਾ, ਅਸੀਂ ਇਹ ਮੁਸਲਮਾਨਾਂ ਨੂੰ ਮੂੰਹ ਨਹੀਂ ਤੈਨੂੰ ਕਰ ਦੇਣਾ, ਆਪਣਾ ਉੱਥੇ ਟਿਕੀ ਗਿਆ
ਬੜੇ ਪਰੇਸ਼ਾਨ ਹੋ ਗਏ ਭਾਈ ਕੁੱਲ ਸਿੱਖ ਵੀ ਤਾਂ ਇਕੱਠਾ ਹੋਇਆ ਹੁਣ ਤਾਂ ਬਸ ਸਾਡੀ ਹੀ ਮੌਤ ਹੀ ਆ ਹੁਣ ਕੀ ਕਰ ਹੋ ਸਕਦਾ ਇੱਧਰੋਂ ਇੱਕ ਹਵਾਈ ਆ ਗਿਆ ਉਹਨੇ ਪਰਚੀਆਂ ਖਿਲਾੜੀਆਂ ਇੱਦਾਂ ਕਰਕੇ ਘੁੰਮਦਾ ਹੋਇਆ ਕਾਫਲੇ ਦੇ ਉੱਤੇ ਤੇ ਪਰਚੀਆਂ ਖਿਲਾਰਦਾ ਆਇਆ ਪਰਚੀਆਂ ਤੇ ਲਿਖਿਆ ਮੁਸਲਮਾਨ ਘਬਰਾਓ ਨਾ ਇੱਕ ਘੰਟੇ ਤੱਕਰ ਸਾਡੀ ਫੌਜ ਹੀ ਫੌਜ ਆ ਜਾਏਗੀ ਕੋਈ ਘਬਰਾਓ ਨਾ ਸਾਡੀ ਫੌਜ ਆ ਰਹੀ ਹੈ ਪਿੱਛੇ ਉਹਨਾਂ ਨੇ ਹਵਾਈ ਹਵਾਈ ਆਇਆ ਉਹਨੇ ਰੋਟੀਆਂ ਸਿੱਟੀਆਂ ਨਿੰਬੂ ਦੀ ਜਿਹੜੇ ਉਹਨੇ ਆ ਕੇ ਫੌਜ ਨੇ ਆ ਕੇ ਉਹ ਸਿੱਖੋ ਇੱਥੋਂ ਜੇ ਕਾਫਲਾ ਗੁਜ਼ਰੇਗਾ ਚੰਗੀ ਚਾਹੁੰਦੇ ਹੋ ਹਟ ਜਾਓ ਬੇਟਾ ਨਹੀਂ ਆ ਦੇਖੋ ਇਹਨੇ ਮਸ਼ੀਨ ਨੂੰ ਕਿਲੇ ਗਿਰਾ ਦਿੱਤਾ ਗਰ ਕਰ ਤਾਂ ਗੋਲੀਆਂ ਮੀਂਹ ਮਗਰ ਗਈਆਂ ਜਿਹੜੇ ਮੀਂਹ ਮਗਰ ਗੋਲੀਆਂ ਗਈਆਂ ਤਾਂ ਸਿੱਖ ਕਹਿੰਦੇ ਨਹੀਂ ਮਹਾਰਾਜ ਜਿੱਥੋਂ ਦੀ ਮਾਝੀ ਤੁਸੀਂ ਚੁਪਾਓ ਮਹਾਰਾਜ ਜੀ ਜਿੱਦਾਂ ਮਾਝੀ ਚੁਪਾਓ ਉਹ ਕਹਿੰਦੇ ਇੱਥੇ ਹੀ ਟਪਾਉਣਾ ਤੁਸੀਂ ਹਟ ਜਾਓ ਪਿੱਛੇ ਉਹ ਵਿੱਚ ਸਾਰੇ ਪਰੇ ਚਲ ਗਿਆ ਸੀ ਉਹ ਗੁਰਦੁਆਰੇ ਦੇ ਕੋਲ ਦੀ ਕਿਹਾ ਜੀ ਤੂੰ ਕਹਿੰਦੇ ਆ ਵੀ ਦੇਖਣੀ ਚਾਹੀਦਾ ਕੀ ਆ ਇਹਨੂੰ ਇੱਦਾਂ ਦੇਖਿਆ ਤਾਂ ਤਲਾਅ ਬਣਿਆ ਆ ਤਲਾਅ ਦੇ ਵਿੱਚ ਗੁਰਦੁਆਰਾ ਬਣਿਆ ਤਾਂ ਇੱਦਾਂ ਕਰਕੇ ਸੀੜੀ ਲਗਾਈ ਬਾਬਾ ਜੀ ਤੁਸੀਂ ਉੱਥੋਂ ਇੰਡੀਆ ਤੋਂ ਲਾ ਕੇ ਆਪਣੇ ਪਿੰਡ ਜਿਹੜੀ ਆ ਬੁੱਢੀ ਤੋਂ ਬੁੱਢੀ ਪਿੰਡ ਤੋਂ ਲਾ ਕੇ ਤੁਸੀਂ ਇਸ 450 ਪਿੰਡ ਤੱਕ ਕਿੰਨੇ ਦਿਨਾਂ ਚ ਪਹੁੰਚੇ ਸੀ ਅਸੀਂ 8 ਦਿਨਾਂ ਚ ਪਹੁੰਚੇ ਸੀ ਰਾਤ ਵਿੱਚ ਤੁਹਾਡੇ ਕਿੱਥੇ ਕਿੱਥੇ 8 ਦਿਨਾਂ ਚ ਪਹੁੰਚੇ 8 ਦਿਨਾਂ ਚ ਤੁਹਾਡੇ ਇੱਕੋ ਥਾਂ ਕੈਂਪ ਲੱਗਾ ਜਾਂ ਫਿਰ ਤੁਸੀਂ ਰਾਤ ਦਿਨ ਨਹੀਂ ਸਿੱਧੇ ਹੀ ਤੁਰੇ ਕੋਈ ਅੱਗਾ ਤੁਰ ਗਿਆ ਕੋਈ ਅਟਕ ਗਿਆ ਹਾਂਜੀ ਇਹ ਉਹ ਅੱਗਾ ਨਿਕਲ ਗਿਆ ਅਗਲੇ ਕੈਂਪ ਚ ਲਾ ਗਿਆ ਹੋਰ ਤੁਸੀਂ ਇੱਥੇ ਟਿਕੀ ਜਾਓ ਫਿਰ ਜਿਹੜੇ ਉੱਥੇ ਅੰਮ੍ਰਿਤਸਰ ਫਿਰ ਦੂਸਰਾ ਇੱਥੋਂ ਟੈਂਕ ਜੇ ਗਏ ਆ ਵੀ ਜਿਹੜੇ ਵਪਾਰ ਬੰਦੇ ਸੀਗੇ ਉਹ ਟੈਂਕਾਂ ਵਿੱਚ ਫਿਰ ਲੈ ਕੇ ਇੱਧਰ ਆਏ ਆ ਸਹੀ ਜਿਹੜੇ ਅਸੀਂ ਗੱਡੇ ਲੈ ਕੇ ਆਏ ਆ ਉਹ ਅਸੀਂ ਜਿਹੜੇ ਅਸੀਂ ਉੱਥੋਂ ਅੰਮ੍ਰਿਤਸਰੋਂ ਅਸੀਂ ਸਾਹ ਦਿਹਾੜੀ ਪਾਕਿਸਤਾਨ ਆ ਗਏ ਆ ਬਾਗੇ ਖੰਡਾਂ ਲਾਈਆਂ ਆਇਆ ਸੀ ਲੋਹੇ ਦੀਆਂ ਏਦਾਂ ਕਰਕੇ ਕੁੜੀਆਂ ਬਣਾਈਆਂ ਸੀ ਉੱਥੇ ਅਸੀਂ ਫਿਰ ਰਾਤ ਵੱਡੀ ਤਾਂ ਸਾਨੂੰ ਰੋਟੀ ਲਾਟੀ ਬਾਬਾ ਉਹਨਾਂ ਨੇ ਦਿੱਤੀਆਂ ਕੋਈ ਦਿਲ ਨਾ ਲੱਗੇ ਉੱਥੋਂ ਜਿਹੜੇ ਆਇਆ ਕੋਈ ਕਿਤੇ ਛੋੜਾ ਹੋਇਆ ਕੋਈ ਕਿਤੇ ਇੱਧਰ ਜਿਹੜੇ ਆਇਆ ਕੋਈ ਸਿਆਲਕੋਟ ਗਏ ਕੋਈ ਨਾ ਕੋਈ ਬੋਲੀ ਸਮਝ ਲੱਗੇ ਨਾ ਇਹਨਾਂ ਜਾਗਰੀਆਂ ਦੀ ਬੋਲੀ ਸਮਝ ਲੱਗੇ ਫਿਰ ਅਸੀਂ ਢੰਗ ਚਲੇ ਆ ਗਏ ਢੰਗ ਫਿਰ ਰਹੇ ਹਾਂ ਢੰਗ ਦੂਸਰਾ ਮਕਾਨ ਸਾਨੂੰ ਮਿਲ ਗਿਆ ਉੱਥੇ ਰਹਿੰਦੇ ਰਹੇ ਤੇ ਗੁਜ਼ਾਰਾ ਨਾ ਹੋਵੇ ਫਿਰ ਜ਼ਮੀਨ ਪਵਾਈ ਇੱਥੇ ਤੁਹਾਨੂੰ ਕਿੰਨੀ ਜ਼ਮੀਨ ਪਈ ਇਸ 450 ਪਿੰਡ ਦੇ ਵਿੱਚ 400 ਰੁਪਏ ਸਾਨੂੰ ਇਕੱਲੇ ਇਕੱਲੇ ਭਰਾ ਨੇ 4-4 ਕਿੱਲੇ ਮਿਲ ਗਏ ਅੱਛਾ 4-4 ਕਿੱਲੇ ਤਿੰਨਾਂ ਭਰਾਵਾਂ ਨੂੰ ਮਿਲ ਗਏ ਸੀ ਯਾਨੀ ਕਿ ਤੁਹਾਨੂੰ ਮਿਲੇ 12 ਕਿੱਲੇ 12 ਕਿੱਲੇ ਤੇ ਬਜ਼ੁਰਗੋ ਜਦੋਂ ਤੁਸੀਂ ਉਹ ਪਿੰਡ ਛੱਡਿਆ ਵਾ ਤੇ ਛੱਡਣ ਤੋਂ ਬਾਅਦ ਤੁਸੀਂ ਇੱਥੇ ਆ ਗਏ ਹੋ ਉੱਥੋਂ ਲਾ ਕੇ ਹੁਣ ਤੱਕ ਤੁਹਾਨੂੰ ਕਦੀ ਉੱਥੇ ਪਿੰਡ ਜਾਣ ਦੀ ਤਾਂਘ ਹੋਈ ਹੈ ਤਾਂਘ ਬੜੀ ਆ ਕਦੀ ਇਦਾਂ ਖਿਆਲਾਂ 'ਚ ਬੈਠੇ ਹੋ ਤੁਹਾਡੇ ਖਿਆਲਾਂ 'ਚ ਨਹੀਂ ਬੈਠਾ ਯਾਦ ਕਰਨਾ ਬੈਠਾ ਬੰਦਾ ਸੋਚਦਾ ਕਿ ਯਾਰ ਮੈਂ ਘਰ ਜੇ ਜਦੋਂ ਉੱਧਰ ਜਦੋਂ ਹੋਏ ਆ ਉਹ ਨਹੀਂ ਉਹ ਨਹੀਂ ਦੁਆ ਮੰਗੀ ਹੈ ਜਾਈਏ ਅਜੇ ਜੇ ਮਜਬੂਰੀ ਕਰਕੇ ਕਈ ਤਾਂ ਵੀ ਨਹੀਂ ਕਰਦੇ ਨੇ ਹਾਂਜੀ ਕਦੀ ਦਿਲ ਕਰਦਾ ਵਾ ਕਿ ਮੈਂ ਵੀ ਯਾਰ ਉਸ ਪਿੰਡ 'ਚ ਚਲਾ ਜਾਵਾਂ ਉੱਥੇ ਜਾ ਕੇ ਆਪਣੇ ਉਹ ਸੱਜਣਾ ਮਿੱਤਰਾਂ ਨੂੰ ਵੇਖਾਂ ਜੇ ਸ਼ਾਇਦ ਉਹ ਵੀ ਹੋਇਆ ਕੋਈ ਬਣ ਗਿਆ ਹੋਵੇ ਕੋਈ ਨਹੀਂ ਹੋਇਆ ਇੰਨੀ ਤੁਸੀਂ ਬਜ਼ੁਰਗੋ 100 ਸਾਲ ਦੀ ਉਮਰ ਮਾਸ਼ਾਅੱਲਾ ਰੱਬ ਨੇ ਤੁਹਾਨੂੰ 100 ਸਾਲ ਦੀ ਉਮਰ ਦਿੱਤੀ ਆ ਤੁਸੀਂ 22 ਸਾਲ ਉੱਧਰ ਗੁਜ਼ਾਰ ਗਏ 47 ਤੋਂ ਬਾਅਦ ਇੱਥੇ ਰਹਿਣ ਕੇ ਹੁਣ ਦਾ ਹਾਲਾਤ ਨੂੰ ਦੇਖੀਏ ਜਾਂ 47 ਤੋਂ ਪਹਿਲੇ ਦੇਖੀਏ ਉਹ ਟਾਈਮ ਕਿੱਦਾਂ ਦਾ ਸੀ ਉਹ ਉਦੋਂ ਦਾ ਰਹਿਣ ਸਹਿਣ ਕਿੱਦਾਂ ਸੀ ਉਹ ਟਾਈਮ ਬੜਾ ਨਾਜ਼ੁਕ ਸੀ ਯਾਰ ਹਾਂਜੀ ਜਿਹੜਾ ਜੋ ਦੇਖਿਆ ਤਾਂ ਨਾਜ਼ੁਕ
ਫਿਰ ਜਦ ਆ ਗਿਆ ਫਿਰ ਜਦੋਂ ਸਾਰੇ ਤੁਸੀਂ ਆ ਗਿਆ ਉਸੀ ਆ ਗਿਆ ਤੁਹਾਡੇ ਨਾਲ ਸਾਡਾ ਰਹਿਣ ਬਹਿਣ ਹੋ ਗਿਆ ਭਰਾਵਾਂ ਜੀ ਚ। ਹਾਂਜੀ ਜਦੋਂ ਹੁਣ ਤੁਸੀਂ ਇੱਧਰ ਰਹਿੰਦੇ ਹੋ ਤੇ ਇੱਧਰ ਹੋਣ ਵਾਲਾ ਦੌਰ ਚੱਲਦਾ ਜਿਹੜਾ ਹੁਣ ਜਾ ਰਿਹਾ ਜਾਂ ਉਸ ਤੋਂ ਪਹਿਲਾਂ ਜਿਹੜਾ ਪਿਛਲਾ 47 ਤੋਂ ਪਹਿਲਾਂ ਦੌਰ ਹੁੰਦਾ ਸੀ ਉਹ ਚੰਗਾ ਸੀ? ਉਹ ਚੰਗਾ ਸੀ ਯਾਰ। ਹਾਂਜੀ ਬਜ਼ੁਰਗੋ ਇਹ ਵੀ ਮੁਖਤਲ ਬਾਬਿਆਂ ਦੇ ਨਾਲ ਜਾਂ ਬਜ਼ੁਰਗਾਂ ਦੇ ਨਾਲ ਗੱਲ ਕਰੀ ਦੀ ਆ, ਉਹ ਇਹ ਗੱਲ ਕਹਿੰਦੇ ਆ ਕਿ ਨਹੀਂ ਜੀ ਉਹ ਦੌਰ ਠੀਕ ਸੀ ਆ ਦੌਰ ਮਾੜਾ, ਉਹ ਰੌਲਾ ਕੀ ਆ? ਉਹ ਵੀ ਅੱਜ ਸਮੇਂ ਦੱਸੋ ਨਾ ਕਿ ਉਹ ਇਹ ਗੱਲ ਕਾਹਤੋਂ ਕਰਦੇ ਸੀ? ਤੁਸੀਂ ਵੀ ਇਹ ਗੱਲ ਕੀਤੀ ਆ ਕਿ ਇਹ ਦੌਰ ਨਹੀਂ ਠੀਕ ਉਹ ਦੌਰ ਠੀਕ ਸੀ। ਉਹ ਦੌਰ ਏਦਾਂ ਸੀ ਭਈ ਇੱਕ ਜਿਹੜੀ ਧੀ ਭੈਣ ਬਸ ਦੇਖਣਾ ਨਹੀਂ ਗਈ, ਹੁਣ ਦਾ ਦੌਰ ਜਿਹੜਾ ਬੜਾ ਨਾਈ ਗਿਆ। ਜ਼ਿਲ੍ਹਾ ਹੁਸ਼ਿਆਰਪੁਰ ਤੇ ਬਜ਼ੁਰਗ ਤੇ ਬੁੱਢੀ ਪਿੰਡ ਦੇ ਬਜ਼ੁਰਗ ਨੇ ਤੇ ਜੋ ਵੀ ਬੁੱਢੀ ਪਿੰਡ ਦਾ ਬਜ਼ੁਰਗ ਦੇਖੇ ਯਾਰ ਬਜ਼ੁਰਗਾਂ ਦੀ ਏਜ ਦਾ ਕੋਈ ਬੰਦਾ ਲੱਭ ਕੇ ਸਾਨੂੰ ਵੀ ਕੰਟੈਕਟ ਕਰਿਓ ਤੇ ਨੀਚੇ ਮੈਂ ਪੱਟੀ ਦੇ ਉੱਤੇ ਮੇਰਾ ਨੰਬਰ ਆ ਰਿਹਾ ਹੋਏਗਾ ਤੇ ਜਾਂ ਫਿਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਨੰਬਰ ਪਾ ਦਿਆਂਗਾ ਤੇ ਇਸੇ ਤਰ੍ਹਾਂ ਅਸੀਂ 47 ਦੇ ਨੂੰ ਲੈ ਕੇ 47 ਦੇ ਵੇਲੇ ਹੋਈ ਉਸ ਵੰਡ ਨੂੰ ਲੈ ਕੇ ਫਿਰ ਇੱਕ ਨਵੇਂ ਪਿੰਡ ਦੇ ਵਿੱਚ ਨਵੇਂ ਬਜ਼ੁਰਗਾਂ ਦੇ ਨਾਲ ਨਵੇਂ ਥਾਂ ਤੇ ਤੁਹਾਡੇ ਨਾਲ ਮਿਲਾਂਗੇ। ਉਨੀ ਦੇਰ ਤੱਕ ਕਰ ਲਓ ਮੇਰਾ ਚੈਨਲ ਸਬਸਕ੍ਰਾਈਬ ਤੇ ਅੱਲਾ ਹਾਫਿਜ਼।